ਅੱਜ ਸਾਡੇ ਸਟੂਡੀਓ ਵਿੱਚ ਜਿਹੜੇ ਮਹਿਮਾਨ ਹਨ ਉਹਨਾਂ ਦਾ ਨਾਮ ਹੈ ਅਵੀਰਭਵ ਵਰਮਾ। ਵਰਮਾ ਸਾਹਿਬ ਸੰਗੀਤ ਦੀ ਦੁਨੀਆ 'ਚ ਇੱਕ ਐਸੇ ਕਲਾਕਾਰ ਹਨ ਜਿਨ੍ਹਾਂ ਨੇ 2 ਤਬਲੇ ਵਜਾਏ, 8 ਤਬਲਿਆਂ 'ਤੇ ਆਪਣੀ ਮਹਾਰਤ ਕੀਤੀ ਹੈ ਔਰ ਆਪਣੇ 8 ਤਬਲਿਆਂ ਦੇ ਵਿੱਚ ਐਸਾ ਕਮਾਲ ਕਰ ਰਹੇ ਹਨ ਅਤੇ ਜਿਹੜਾ ਚੰਡੀਗੜ੍ਹ ਦੇ ਵਾਰ ਇਹਨਾਂ ਦਾ ਬਹੁਤ ਹੀ ਨਾਮ ਹੋ ਰਿਹਾ ਹੈ ਅੱਜ ਹਿੰਦੁਸਤਾਨ ਵਿੱਚ। ਲਓ ਅਤੇ ਇੱਕ ਜਿਹੜੀ ਨਵੀਂ ਪੀੜ੍ਹੀ ਹੈ ਉਹ ਜਿਹੜੇ ਸੰਗੀਤ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਇੱਕ ਨਾਮ ਉੱਭਰ ਕੇ ਆਉਂਦਾ ਹੈ ਜਿਹੜੇ ਤਬਲੇ ਦੇ ਖੇਤਰ 'ਚ ਇੱਕ ਹੱਟ ਕੇ ਕੰਮ ਕਰ ਰਹੇ ਨੇ। ਅਵੀਰ ਬਾਬੂ, ਤੁਹਾਡਾ ਸਵਾਗਤ ਕਰਦੇ ਹਾਂ, ਲੇਕਿਨ ਉਸ ਦੇ ਨਾਲ ਨਾਲ ਹੀ ਤੁਸੀਂ ਦੱਸੋ ਕਿ ਜਿਹੜਾ ਤਬਲਿਆਂ ਦੀ ਜਿਹੜੀ ਦੁਨੀਆ 'ਚ ਤੁਸੀਂ ਆਏ ਹੋ, ਬੜਾ ਅੱਛਾ ਲੱਗ ਰਿਹਾ ਹੈ, 4 ਹੋਰ ਤਬਲੇ ਨੇ ਤੁਸੀਂ ਵਿੱਚ ਬੈਠੇ ਹੋ, ਸੰਗੀਤ ਨਾਲ ਖੇਡਣਾ, ਸੰਗੀਤ ਸੁਣਨਾ, ਸੰਗੀਤ ਬੋਲਣਾ, ਸੰਗੀਤ ਹੀ ਆਸ-ਪਾਸ ਰਹੇ, ਇਹ ਜਿਹੜੀ ਸ਼ੁਰੂਆਤ ਹੈ ਤੁਹਾਡੀ ਕਿਸ ਤਰ੍ਹਾਂ ਹੋਈ ਹੈ? ਜੀ, ਇਹ ਸਵਾਲ, ਪਹਿਲਾ ਹੀ ਸਵਾਲ ਬਹੁਤ ਵਧੀਆ ਤੁਹਾਡਾ। ਇਸ ਤਰ੍ਹਾਂ ਕਿ ਮੈਂ ਸਭ ਤੋਂ ਪਹਿਲਾਂ ਤਾਂ ਪੰਜਾਬ ਘਰਾਣੇ ਤੋਂ ਬਿਲੋਂਗ ਕਰਦਾ, ਜਿਹੜਾ ਤਬਲੇ ਦਾ ਬਹੁਤ ਹੀ ਮਸ਼ਹੂਰ ਘਰਾਣਾ ਹੈ ਅਤੇ ਪਖਾਵਜ ਤੋਂ ਤਬਲਾ ਬਣਿਆ। ਅਤੇ ਇਸ ਤਰ੍ਹਾਂ ਕਿ ਮੇਰੀ ਫੈਮਲੀ 'ਚੋਂ ਹੀ ਪੀੜ੍ਹੀ ਹੈਗੀ ਮੇਰੀ ਇਹ ਤਬਲੇ 'ਚ, ਜਿਹੜੀ ਪੰਜਾਬ ਘਰਾਣੇ ਨੂੰ ਚਲਾ ਰਹੀ ਹੈਗੀ ਹੈ। ਸੰਗੀਤ ਆਚਾਰੇ ਉਸਤਾਦ ਲਕਸ਼ਮ ਸਿੰਘ ਸਿੰਘ ਜੀ ਮੇਰੇ ਨਾਨਾ ਜੀ, ਅਤੇ ਮੇਰੇ ਪਿਤਾ ਜੀ ਲੇਟ ਸ਼੍ਰੀ ਪਵਨ ਕੁਮਾਰ ਵਰਮਾ ਜੀ, ਅਤੇ ਉਹਨਾਂ ਕੋਲੋਂ ਮੇਰੀ ਸਿੱਖਿਆ ਸ਼ੁਰੂ ਹੋਈ ਹੈ ਅਤੇ ਚਲੀ ਜਾਂਦੀ, ਅੱਜ ਤੱਕ ਵੀ ਚਲੀ ਜਾਂਦੀ ਹੈ। ਅਤੇ ਲੇਟ ਤਾਂ ਲਾਉਂਦੇ ਹਾਂ ਅਸੀਂ, ਪਰ ਕੋਈ ਗੱਲ ਨਹੀਂ, ਅਸੀਂ ਨਹੀਂ ਮੰਨਿਆ ਕਿ ਉਹ ਹੈ ਨਹੀਂ, ਉਹ ਅਸੀਂ ਇੱਥੇ ਹੀ ਹੈਗੇ ਹੈ। ਅਤੇ ਉਹਨਾਂ ਤੋਂ ਬਾਅਦ ਮੇਰੀ ਮਾਤਾ ਜੀ, ਮਿਸਿਸ ਗੰਧਰਵ ਵਰਮਾ, ਉਹ ਵੀ ਰੇਡੀਓ ਜਲੰਧਰ ਦੇ ਏ ਕਲਾਸ ਆਰਟਿਸਟ ਹੈਗੇ, ਵੋਕਲਿਸਟ, ਕਲਾਸਿਕਲ ਵੋਕਲਿਸਟ, ਅਤੇ ਉਹਨਾਂ ਕੋਲੋਂ ਵੀ ਮੇਰੀ ਟ੍ਰੇਨਿੰਗ ਚੱਲਦੀ ਹੈ। ਅਤੇ ਸਭ ਤੋਂ ਪਹਿਲਾਂ ਗੱਲ ਮੈਂ ਇਹ ਕਰਾਂਗਾ ਕਿ ਇਹ 8 ਤਬਲਿਆਂ ਦੇ ਦੇਣ ਮੇਰੀ ਮਾਤਾ ਜੀ ਦੀ ਹੈਗੀ ਹੈ, ਅਤੇ ਮਿਊਜ਼ਿਕ ਫੈਮਿਲੀ ਤੋਂ ਹੈਗੀ, ਬਿਲੋਂਗ ਕਰਦੇ, ਅਤੇ ਉਹਨਾਂ ਵਿੱਚ ਉਹ ਇਹ ਜਿਹੜੀ ਚੀਜ਼ ਮੈਂ ਵੀ ਵਜਾ ਰਿਹਾ, ਜੋ ਵੀ ਵਜਾ ਰਿਹਾ, ਇਹ ਮੈਂ ਤਾਂ ਵਜਾ ਤਾਂ ਰਿਹਾ, ਪਰ ਬੇਸਿਕਲੀ ਐਕਚੁਅਲ 'ਚ ਉਹ ਵਜਾ ਰਹੇ ਨੇ, ਮੇਰੀ ਮਦਦ ਵਜਾ ਰਹੇ ਨੇ, ਕਿਉਂਕਿ ਉਹਨਾਂ ਨੇ ਦੇਖਿਆ ਕਿ ਇਹਦੇ ਵਿੱਚ ਹੈਗਾ ਕੁਛ, ਇਹਨੂੰ ਕੱਢੋ ਬਾਹਰ, ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਕਰਨਾ ਹੈ ਉਹ, ਅਤੇ ਸਾਰਾ ਸ਼੍ਰੇਅ ਉਹਨਾਂ ਨੂੰ ਜਾਂਦਾ ਹੈ। ਤੁਹਾਡਾ ਨਾਂ ਜਿਹੜਾ ਉਹ ਅਵੀਰ ਹੁੰਦਾ ਹੈ, ਪ੍ਰਗਟ ਹੋਣਾ ਜੀ, ਤੁਸੀਂ ਇੱਕ ਨਵੀਂ ਚੀਜ਼ ਪ੍ਰਗਟ ਕੀਤੀ ਹੈ ਜੀ, ਹਾਂਜੀ। ਅਤੇ ਜਿਹੜੀ ਇਹ ਕੋਈ ਕਹਿੰਦਾ ਕਿ ਕੋਈ ਜਿਹੜਾ ਹੱਟ ਕੇ ਕੰਮ ਕਰਦੇ, ਜਿਹੜਾ ਅੱਛਾ ਕੰਮ ਹੋਏ ਹੱਟ ਕੇ, ਉਹ ਬਾਕੀ ਉਹਦੀ ਪਹਿਚਾਣ ਤਾਂ ਹੁੰਦੀ ਹੈ, ਉਹਦਾ ਨਾਂ ਵੀ ਕਾਫੀ ਹੋ ਜਾਂਦਾ ਹੈ, ਪਰ ਉਹਦੇ ਨਾਲ ਕਾਫੀ ਮਿਹਨਤ ਕਰਨੀ ਪੈਂਦੀ ਹੈ। ਬਿਲਕੁਲ ਮਿਹਨਤ। ਅਤੇ ਤੁਸੀਂ ਜਿਹੜਾ 8 ਤਬਲਿਆਂ ਦਾ ਜਿਹੜਾ ਕਮਾਲ ਹੈ, ਸਾਨੂੰ ਥੋੜ੍ਹੀ ਜਿਹੀ ਝਲਕ ਦਿਖਾਓ, ਕੋਈ ਨਵਾਂ ਕੀ ਤੁਸੀਂ ਇਹਦੇ 'ਚ ਜਿਹੜਾ ਉਹ ਕ੍ਰੀਏਟ ਕੀਤਾ ਹੈ, ਅਵੀਰ ਬਾਬ ਨੇ ਕੀ ਪ੍ਰਗਟ ਕੀਤਾ ਹੈ? ਬਿਲਕੁਲ ਬਿਲਕੁਲ, ਬਹੁਤ ਵਧੀਆ ਗੱਲ। ਅਤੇ ਇਸ ਤਰ੍ਹਾਂ ਜੀ, ਜਿਸ ਤਰ੍ਹਾਂ ਸਾਡੇ ਪੰਜਾਬ ਘਰਾਣੇ ਦੇ ਬੋਲ ਹੈਗੇ, ਇੱਕ ਕਾਇਦਾ ਹੋ ਗਿਆ, ਅਤੇ ਲਾਸਟ ਵਿੱਚ ਮੋਸਟਲੀ ਆਉਂਦੇ ਧਾਤੀ ਥਾ ਕੇ ਦਿਨਾ ਕਿੰਨਾ, ਇੱਕ ਬੋਲ ਅਸੀਂ ਉਹ ਬੋਲ ਅਸੀਂ ਕੱਢ ਲਿਆ ਉੱਥੋਂ, ਅਤੇ ਉਹੀ ਬੋਲ ਅਸੀਂ 8 ਤਬਲਿਆਂ 'ਤੇ ਵਜਾਉਣਾ, ਅਤੇ ਵਿੱਚ ਕੋਈ ਸਟੋਪ ਨਹੀਂ ਹੋਏਗਾ। ਇਹ ਹੈ ਕਿ ਇੱਕ ਹੱਥ ਦੀ ਲੈ ਹੋਰ ਹੈ, ਦੂਜੇ ਹੱਥ ਦੀ ਲੈ ਹੋਰ ਹੈ, ਅਤੇ ਉਹ ਜਦੋਂ ਉਹਦੀ ਤਿਆਹੀ ਆਉਣੀ ਉਦੋਂ ਹੀ ਖਤਮ ਹੋਣਾ, ਵਿੱਚ ਕੋਈ ਸਟੋਪ ਨਹੀਂ ਹੈ। ਅਵੀਰ ਬਾਬ, ਜਿਹੜਾ ਤੁਸੀਂ ਜਿਹੜਾ ਤਬਲੇ ਦੀ ਤੁਸੀਂ ਜਿਹੜੀ ਆਪਣੀ ਦੁਨੀਆ ਚੁਣੀ ਹੈ, ਅਤੇ ਨਾਲੇ ਤੁਸੀਂ ਜਿਹੜਾ ਵੋਕਲ ਵੀ ਤੁਸੀਂ ਬੜਾ ਅੱਛਾ ਗਾਉਂਦੇ ਹੋ ਤੁਸੀਂ, ਕਿਉਂਕਿ ਜਿਹੜੀ ਤੁਹਾਡੀ ਮਦਰ ਹੈ ਨਾ ਗੰਧਰਵ ਜੀ, ਉਹਨਾਂ ਦੇ ਕਾਫੀ ਯੋਗਦਾਨ ਹੈ, ਉਹ ਆਪਣੇ ਆਪ ਵਿੱਚ ਹੀ ਉਹਨਾਂ ਦਾ ਇੱਕ ਕਾਫੀ ਨਾਂ ਹੈ, ਤੁਸੀਂ ਉਹਨਾਂ ਤੋਂ ਗਾਣਾ ਵੀ ਸਿੱਖ ਰਹੇ ਹੋ, ਅਤੇ ਤਬਲਿਆਂ ਨੂੰ ਅਸੀਂ ਡਿਸਟਰਬ ਨਹੀਂ ਕਰਾਂਗੇ, ਲੇਕਿਨ ਨਾਲੇ ਇਹਦੇ ਵਿੱਚ ਅਸੀਂ ਹੋਰ ਹੀ ਕੁਛ ਐਡ ਕਰਾਂਗੇ, ਜਿਹੜਾ ਆਪਣੀ ਤੁਹਾਡੀ ਮਿੱਠੀ ਆਵਾਜ਼ ਵੀ ਅਸੀਂ ਸੁਣਨਾ ਚਾਹਾਂਗੇ। ਬਹੁਤ ਵਧੀਆ ਗੱਲ, ਮੈਂ ਕੋਸ਼ਿਸ਼ ਕਰਦਾ ਜੀ ਜੀ, ਇੱਕ ਗਜ਼ਲ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ ਜੀ ਜੀ। ਹੁਸਨ ਤੇਰਾ ਬਹਾਰ ਕਾ ਮੌਸਮ, ਹੁਸਨ ਤੇਰਾ ਬਹਾਰ ਕਾ ਮੌਸਮ,
तेरी पायल में रुत है रिम जिम सी तेरी पायल में रुत है रिम जिम सी चाल में सितार का सब के सब मौसमों पे भारी है सब के सब मौसमों पे भारी है एक तेरे इंतजार का मौसम उसने तेरा बहार का मौसम बहार का मौसम बहुत खूब असी संगीत नू या किसी पोएट्री नू या किसी कला नू या पेंटिंग हुई आर्ट हो गया जरा आर्टिज़म जड़ा है उसनू अपनी इंट्रोडक्शन देने वास्ते बड़ी औख आंदी है कि काम की कर दियो जी उसनू काम नहीं समझते तो शायद उन्होंने भी है कि एक लगेगा तो ये कोई है नहीं कोई लिवलीहुड का कोई चांस नहीं है कोई जीविका का कोई सोर्स नहीं है एक तो कमाऊगा बच्चे किस तरह पालूगा घर किस तरह चलाऊगा तो आप वैसे मैं भी आपको वही सवाल पूछ रहा हूँ सवाल थोड़ा बहुत वधिया जेड़ा बंदा इस लाइन च हैगा उन्होंने होर कुछ करने की लोड़ है ही नहीं है ना ये सब कुछ हैगा कमाई भी हैगी है वो तुहाडे अपने उपर डिपेंड है किस तरह उस चीज़ को प्रजेंट करते हो राइट क्योंकि है कि ना सारी चीज़ा हो पेल हज़ार सालों पहला हुई तुम हूँ उसी चीज़ को इस तरह करो अपने ढंग नाल कि वह लगे कि तुहाडी अपनी चीज़ है अदरवाइज तो सब कुछ होया पे वो कोई गल नहीं है तो रही गल कमाई की कमाई भी ता ही होनी कि दुनिया ने कुछ नवा दिसेगा हूँ कुछ भी ले लो तुम अपना कुछ टेस्ट पा दो कोई सब्जी बनाते हो किसी की खाधी है वो स्वाद लगे हूँ तुम वो तो कह दे कि उन्होंने मैं खाधी है हूँ अपनी बनाने वास्ते कुछ और मसाला कुछ ऐड कर दो ताकि लगे हाँ हूँ मैं किया मेरा अपना इनवेंशन हैगी तो नाले हूँ साइड बाय साइड मैं हूँ जॉब भी करता मैं इतने दिल्ली पब्लिक स्कूल एज ए म्यूजिक टीचर मैं जॉब करता तो मैं बहुत शुक्रगुजार हाँ मेरी प्रिंसिपल मैडम का वो मैं बहुत सपोर्ट करते हैं तो बहुत मैं म्यूजिक सपोर्ट करते हर तरह मैं सहूलियत देंगे मैं तो मैं बहुत शुक्रगुजार हाँ उन्होंने वैसे बड़ी अच्छी गल लगी है कि थोड़े जो पेरेंट्स जी मदर हैं ना उन्होंने तुम्हें कभी महसूस नहीं होता कि वो थोड़े मदर हैं कि फादर ने फादर साहब तो अजकल स्वर्गवास करते ने उन्होंने उतो भी थोड़े तो आशीर्वाद उन्होंने जो तुम महसूस करते हो तो मैंने तो थोड़े नाल कई बार गल होती है थोड़ी मदर ने तुम्हें एक अच्छी जॉब ही करवाई है ताकि वो जो संगीत के नाल जुड़ी हुई जॉब बिल्कुल बिल्कुल ऐसा नहीं कोई और काम करोगे तो म्यूजिक वास्ते टाइम ही नहीं है तो उस बहाने तुम की करोगे जो बच्चे अगले ने उन्होंने तुम एक शिक्षा दे रहे हो इस तो पहले असं तबले की कुछ सुनीए एक गल और मेरे मन च आता है कि तुहाडे वास्ते जॉब अपॉर्चुनिटी और भी बड़ियां सी तुहाडे ब्रदर जिहड़े ने तुहाडी फैमिली और भी रिश्तेदार जिहड़े ने वो फॉरन है बिल्कुल वैसटर्न कंट्रीज ने कोई आस्ट्रेलिया है कोई इंग्लैंड है कोई अमेरिका है तुहानू भी तो काफ़ी वो खिंच रहे ने उधर पासे बिल्कुल 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 हाँ जी बिल्कुल की आइडिया है आइडिया इस तरह जी शुरू च थोड़ा मन बनिया सी कि बाहर जाके सैटल हो जाना म्यूजिक फील्ड च पर यह है कि जो पिता जी का हो गया इस तरह तो फिर असी मैं मेरे वड्डे भरा स्वरित वर्मा जी उस वेले ऑस्ट्रेलिया रहिंदे ने ते उन्हां कोलों भी मैं सीखदा ते उन्होंने मेरी मदर ने असी बह के डिसाइड किया क्योंकि पेरेंट्स तो जिस तरह होंदा कि नहीं बच्चे पढ़न चंगा पढ़न अपना अफसर बनन वड्डे वड्डे ए इन्हां दी ख्वाहिश सीगी ते तबला एज अ हॉबी रखन क्योंकि काफ़ी मुश्किल है ये ना वो जिदा होंगे ना कि कहते हैं दलदल कमल का फुल खिलता है जो निकलना बहुत ही मुश्किल है म्यूजिक फील्ड पर यह है कि वह चाहते सी पढ़न तो वह भी पढ़े भी असी हूँ मैं भी लास्ट ईयर हूँ ही मैं साउंड इंजीनियरिंग करके आया न्यूजीलैंड तो मैं तुम कह लो इंजीनियर भी कह सकते हो साउंड इंजीनियर तो ब्रदर भी ऑफिसर लाइन से वो सी ए है ब्रदर भैया भाभी दोनों सी ए है तो उन्होंने डिसाइड किया वो मदर कहें कि नहीं एक बच्चा म्यूजिक लाइन से आए जेड़ा कहें कि पापा जी स्टेज खाली नहीं रहनी चाहिए वो कहें तो वो थोड़ा जहा शुरू थोड़ा मुश्किल लगे पर हूँ करते करते हूँ मैं इन्ना चंगा लगता वो जो लोग याद करते हैं हूँ मैं तुम्हें एक इंसीडेंट दसदा कैनेडा का मैं उत्थे परफॉर्म किया तो खत्म हो गया शो
ਕਾਫੀ ਤਾਲੀਆਂ ਵੱਜੀ ਤੇ ਕਈ ਲੋਕੀ ਆਏ ਮੇਰੇ ਕੋਲ ਪਾਪਾ ਦੇ ਸਟੂਡੈਂਟ ਸੀਗੇ ਕਈ ਨੋਨ ਉਦਾਂ ਹੀ ਜਾਣਦੇ ਸੀਗੇ ਪਿਤਾ ਜੀ ਨੂੰ ਤੇ ਉਹ ਆਏ ਤੁਸੀਂ ਪਵਨ ਜੀ ਦੇ ਬੇਟੇ ਹੋ ਮੈਂ ਤਾਂ ਖੁਸ਼ ਹੋ ਗਿਆ ਹਾਂਜੀ ਮੈਂ ਉਹਨਾਂ ਦਾ ਬੇਟਾ ਪਰ ਮੈਂ ਪੁੱਛਿਆ ਉਹਨਾਂ ਨੂੰ ਤੁਸੀਂ ਕਿਵੇਂ ਪਛਾਣਿਆ ਮੈਨੂੰ ਕਹਿੰਦੇ ਨੇ ਤੁਹਾਡਾ ਨੱਕ ਵੇਖ ਕੇ ਤੁਹਾਡਾ ਹੱਥ ਵੇਖ ਕੇ ਉਹ ਨੋਜ਼ ਮੇਰੀ ਥੋੜ੍ਹੀ ਮਿਲਦੀ ਹੈ ਪਾਪਾ ਜੀ ਨਾਲ ਅਤੇ ਹੱਥ ਜਿੱਦਾਂ ਦੇ ਤੁਸੀਂ ਘਰਾਣੇ 'ਚ ਚੱਲਦੇ ਹੋ ਉੱਦਾਂ ਤਾਂ ਤੁਹਾਡੀ ਝਲਕ ਪੈਂਦੀ ਹੈ ਸਾਹਮਣੇ ਅਤੇ ਮੈਨੂੰ ਇੰਨੀ ਖੁਸ਼ੀ ਹੋਈ ਮੈਂ ਕਿਹਾ ਹੁਣ ਮੈਂ ਇਸ ਚੀਜ਼ ਨੂੰ ਨਾ ਛੱਡਣਾ ਨਹੀਂ ਹੁਣ ਮੈਂ ਇਹ ਮੈਂ ਕਰਨਾ ਹੁਣ ਚਾਹੇ ਮੈਨੂੰ ਹੋਰ ਕੁਛ ਛੱਡ ਜਾਏ ਇਹ ਨਹੀਂ ਮੈਂ ਛੱਡਣਾ ਬਹੁਤ ਬੜੀ ਅਵੀਰ ਬਾਬ ਤੁਸੀਂ ਬੜਾ ਕਮਾਲ ਕੀਤਾ ਗਿਆ ਜਿਹੜੇ ਤੁਹਾਡੇ ਫਾਦਰ ਸਾਹਿਬ ਪਵਨ ਕੁਮਾਰ ਵਰਮਾ ਸਾਹਿਬ ਉਹਨਾਂ ਦੇ ਇੱਕ ਨਾਂ ਸੀ ਮਿਊਜ਼ਿਕ ਸੀ ਤੁਸੀਂ ਉਹੀ ਲਾਉਣ 'ਚ ਆ ਰਹੇ ਹੋ ਅਤੇ ਤੁਸੀਂ ਇਹਦੇ 'ਚ ਕੀ ਸਮਝਦੇ ਕਿ ਪਾਪਾ ਦੀ ਜਿਹੜੀ ਪਰੰਪਰਾ ਉਸਨੂੰ ਅੱਗੇ ਤੇ ਤੁਸੀਂ ਲਿਜਾ ਰਹੇ ਹੋ ਅਤੇ ਇਹਦੇ 'ਚ ਆਪਣਾ ਕੀ ਵਾਅਦਾ ਪਾ ਰਹੇ ਹੋ ਕੀ ਉਹ ਸਾਨੂੰ ਕੋਈ ਥੋੜ੍ਹੀ ਆਪਣੇ ਹੱਥਾਂ ਦਾ ਕਮਾਲ ਜਿਹੜਾ ਉਂਗਲੀਆਂ ਥਿਰਕਣ ਦਿੰਦਾ ਰਾਹ ਦੱਸਦੇ ਤੁਸੀਂ ਕੀ ਨਵਾਂ ਕ੍ਰੀਏਟ ਕੀਤਾ ਹੈ ਜੀ ਜੀ ਬਿਲਕੁਲ ਬਿਲਕੁਲ ਮੈਂ ਪੇਸ਼ ਕਰਦਾ ਇਹ ਇੱਕ ਸਾਡੀ ਪੰਜਾਬ ਦੀ ਪੰਜਾਬ ਘਰਾਣੇ ਦੀ ਖਾਸ ਗੱਤ ਹੈਗੀ ਇਹਨੂੰ ਬੋਲਦੇ ਲਾਲ ਕਿਲਾ ਅਤੇ ਇਹਦੀ ਛੋਟੀ ਜਿਹੀ ਮੈਂ ਸਟੋਰੀ ਦੱਸਦਾ ਤੁਹਾਨੂੰ ਇਹ ਲਾਲ ਕਿਲਾ ਕਿਉਂ ਕਹਿੰਦੇ ਇਹਨੂੰ ਅਤੇ ਪੁਰਾਣੇ ਜ਼ਮਾਨੇ 'ਚ ਲਾਲ ਕਿਲੇ 'ਚ ਉਹ ਵੱਡੇ ਜਾਂ ਨਗਾੜਾ ਰੱਖਦੇ ਆਪਣੀ ਜਿਹੜੀ ਟੀਮ ਹੈਗੀ ਉਹਨੂੰ ਵਾਰਨ ਕਰਨ ਲਈ ਕਿ ਹਾਂ ਵੀ ਐਨੀਮੀ ਆ ਰਹੇ ਹੈ ਸਾਹਮਣੇ ਦੁਸ਼ਮਣ ਆ ਰਹੇ ਹੈ ਅਤੇ ਉਹ ਜ਼ੋਰ ਜ਼ੋਰ ਵਜਾਉਂਦਾ ਕੁਛ ਅਤੇ ਕਿਸੇ ਨੇ ਸੁਣਿਆ ਹੋਣਾ ਵੱਡੇ ਤਬਲਾ ਨਵਾਜ਼ ਜੀ ਨੇ ਸੁਣਿਆ ਹੋਣਾ ਉੱਥੇ ਬਹਿ ਕੇ ਅਤੇ ਉਹਦੇ ਬੇਸ 'ਤੇ ਉਹਨਾਂ ਨੇ ਕੋਈ ਕੰਪੋਜੀਸ਼ਨ ਬਣਾ ਦਿੱਤੀ ਤਬਲੇ 'ਤੇ ਅਤੇ ਕਿਉਂਕਿ ਉੱਥੋਂ ਇੰਸਪੀਰੇਸ਼ਨ ਮਿਲੀ ਸੀ ਅਤੇ ਤਾਂ ਹੀ ਉਹਦਾ ਨਾਂ ਪੈ ਗਿਆ ਲਾਲ ਕਿਲਾ ਅਤੇ ਮੈਂ ਥੋੜ੍ਹਾ ਜਿਹਾ ਉਹਦਾ ਡੈਮੋ ਤੁਹਾਨੂੰ ਦਿੰਦਾ ਸੁਣਾਇਆ ਵੀ ਲਾਲ ਕਿਲਾ ਅਤੇ ਇਹ ਤੁਹਾਡੀ ਤੁਸੀਂ ਹਟ ਕੇ ਜਿਹੜਾ ਇੱਕ ਜਿਹੜਾ ਜੀ ਜੀ ਬਿਲਕੁਲ ਇਹ ਤੁਸੀਂ ਦੇਖਿਆ ਹੋਣਾ ਤਿਹਾਈ ਦਾ ਅੰਡ ਜਿੱਦਾਂ ਐਂਡ ਕੀਤਾ ਹੈ ਉਹ ਕੋਹਣੀ ਨਾਲ ਥੋੜ੍ਹਾ ਨਵਾਂ ਜਿਹਾ ਸਟਾਈਲ ਹੋ ਜਾਂਦਾ ਸਾਡੇ ਸਟੂਡੀਓ ਵਿੱਚ ਇਸ ਵੇਲੇ ਸਾਡੇ ਨਾਲ ਵਿਰਾਜਮਾਨ ਹੈ ਨਾ ਅਵੀਰਭਵ ਵਰਮਾ ਜਿਹੜੇ ਲੇਟ ਸ਼੍ਰੀ ਪਵਨ ਕੁਮਾਰ ਵਰਮਾ ਜੀ ਦੇ ਸੁਪੁੱਤਰ ਹਨ ਇਹਨਾਂ ਦੀ ਮਾਤਾ ਜੀ ਗੰਧਰਵ ਬੋਬੀ ਬੜੀਆਂ ਇੱਕ ਮਸ਼ਹੂਰ ਵੋਕਲਿਸਟ ਨੇ ਗਾਇਕਾ ਹੈ ਨਾ ਅਤੇ ਇਹਨਾਂ ਨੇ ਜਿਹੜੇ ਹੋਰ ਵੀ ਬੜੀ ਆਫਰ ਸੀ ਲੇਕਿਨ ਇਹਨੇ ਸੰਗੀਤ ਦੇ ਉੱਤੇ ਹੀ ਅੱਜ ਕੱਲ੍ਹ ਆਪਣਾ ਜਿਹੜਾ ਯੋਗਦਾਨ ਦੇ ਰਹੇ ਨੇ ਵਰਮਾ ਸਾਹਿਬ ਤੁਸੀਂ ਬੇਸਿਕਲੀ ਸਾਊਂਡ ਇੰਜੀਨੀਅਰ ਹੋ ਜੀ ਅਤੇ ਇੰਜੀਨੀਅਰਿੰਗ ਤੁਸੀਂ ਛੱਡ ਕੇ ਅਤੇ ਸੰਗੀਤ ਪਾਸੇ ਆ ਗਏ ਹੋ ਇੱਕ ਤਾਂ ਤੁਸੀਂ ਤੁਹਾਡਾ ਕਹਿਣਾ ਹੈ ਕਿ ਆਪਣੇ ਜਿਹੜੇ ਫਾਦਰ ਸਾਹਿਬ ਦਾ ਉਹਨਾਂ ਦੀ ਜਿਹੜੀ ਪਰੰਪਰਾ ਨੂੰ ਅੱਗੇ ਚਲਾਉਣਾ ਜੀ ਇਹ ਤੁਹਾਡੀ ਮਜਬੂਰੀ ਹੈ ਕਿ ਪੈਸ਼ਨ ਹੈ ਕਿ ਅੰਦਰੋਂ ਆਵਾਜ਼ ਹੈ ਇਹ ਜੀ ਮੇਰਾ ਪੈਸ਼ਨ ਵੀ ਹੈ ਅਤੇ ਅੰਦਰੋਂ ਵੀ ਆਵਾਜ਼ ਹੈ ਅਤੇ ਬੇਸਿਕਲੀ ਜਿਹੜੀ ਇੰਜੀਨੀਅਰਿੰਗ ਹੈਗੀ ਹੈ ਉਹ ਵੀ ਮਿਊਜ਼ਿਕ ਤੋਂ ਹੀ ਰਿਲੇਟਡ ਹੈਗੀ ਹੈ ਅੱਛਾ ਕਿਉਂਕਿ ਸਾਊਂਡ ਇੰਜੀਨੀਅਰਿੰਗ ਉਹ ਬੇਸਿਕਲੀ ਜਿਸ ਤਰ੍ਹਾਂ ਹੁੰਦਾ ਕਿ ਡੋਮ ਟਾਈਪ ਏਰੀਆ ਹੈਗਾ ਅਤੇ ਉਹਦੇ ਵਿੱਚ ਨੋਰਮਲੀ ਅਸੀਂ ਕੀ ਕਰਦੇ ਨਾ ਕਿ ਸਾਊਂਡ ਵਧਾ ਦਿਓ ਉਹ ਕੀ ਪਰਟੀਕੁਲਰ ਚੀਜ਼ ਵਧਾ ਦਿਓ ਜਿਸ ਨਾਲ ਨਾ ਸਾਊਂਡ ਗੂੰਜੇ ਨਾ ਡੋਮ ਟਾਈਪ ਏਰੀਆ 'ਚ ਜੇ ਫਲੈਟ ਏਰੀਆ ਹੈਗਾ ਉਹ ਕੀ ਚੀਜ਼ ਵਧਾਉਣੀ ਹੈ ਜਿਹਦੇ ਨਾਲ ਸਾਊਂਡ ਠੀਕ ਆਏ ਠੀਕ ਉੱਦਾਂ ਨਹੀਂ ਕਹੀ ਜਾਂਦਾ ਕਿ ਵਧਾ ਦਿਓ ਉਹ ਨਹੀਂ ਅਤੇ ਉਹ ਵੀ ਮਿਊਜ਼ਿਕ ਨਾਲ ਰਿਲੇਟਡ ਹੈ ਸਾਊਂਡ ਵਧਾਉਣ ਨਾਲ ਕਿ ਸਾਊਂਡ ਦੀ ਜਿਹੜੀ ਉਹ ਕੁਆਲਿਟੀ ਖਰਾਬ ਹੋ ਜਾਂਦੀ ਕੁਆਲਿਟੀ ਹਾਂਜੀ ਉਹ ਕੁਆਲਿਟੀ ਬੇਸਿਕ ਬੇਸਿਕ ਖਰਾਬ ਹੋ ਜਾਂਦੀ ਪਿਆਰ ਮੇਰਾ ਪਿਆਰ ਹੈ ਪੂਰਾ ਪਹਿਲਾ ਪਿਆਰ ਬਹੁਤ ਬੜੀਆ ਪਰ ਸਾਹਿਬ ਇਹ ਦੇਖਿਆ ਕਿ ਜਿਹੜੇ ਅੱਜ ਕੱਲ੍ਹ ਸਟੂਡੀਓ ਵਿੱਚ ਲੋਕ ਆਉਂਦੇ ਨੇ ਜਿਹੜੇ ਆਪਣੇ ਮਿਊਜ਼ਿਕ ਸਟੂਡੀਓ ਹੈ ਨੇ ਜੀ ਉਹਨਾਂ ਦੀ ਬਹੁਤ ਬੜੀ ਫੀਸ ਹੁੰਦੀ ਹੈ ਕਿ ਇੱਕ ਸਿਟਿੰਗ ਦਾ ਇਤਨੇ ਪੈਸੇ ਲਵਾਂਗੇ ਇਤਨੇ ਹਜ਼ਾਰ ਲਵਾਂਗੇ ਇਹ ਬੱਚਿਆਂ ਨੂੰ ਸਿਖਾਵਾਂਗੇ ਅਤੇ ਤੁਸੀਂ ਅਗਰ ਸਿਖਾ ਰਹੇ ਹੋ ਅਤੇ ਅਗਰ ਨਹੀਂ ਸਿਖਾ ਰਹੇ ਹੋ ਤਾਂ ਕੀ ਆਈਡੀਆ ਹੈ ਅਗਰ ਆਈਡੀ ਹੈ ਤਾਂ ਉਹਦਾ ਵੀ ਕੋਈ ਤੁਸੀਂ ਫਿਕਸ ਕੀਤਾ ਹੋਣਾ ਕੀ ਕਰਨਾ ਹੈ ਜੀ ਇਸ ਤਰ੍ਹਾਂ ਜੀ ਫਿਰ ਉਹੀ ਗੱਲ ਮੈਂ ਆਉਣਾ ਪਹਿਲੇ ਆਪਣੇ ਪਿਤਾ ਜੀ ਕੋਲੋਂ ਉਹ ਵੀ ਉਹਨਾਂ ਨੇ ਵੀ ਸਾਰੀ ਦੁਨੀਆਂ ਨੂੰ ਫ੍ਰੀ 'ਚ ਸਿਖਾਇਆ ਅਤੇ ਉਹਦਾ ਨੁਕਸਾਨ ਮੈਂ ਦੱਸਦਾ ਕਿ ਕੋਈ ਨਾਲ ਨਹੀਂ ਹੈਗਾ ਅੱਜ ਦੀ ਡੇਟ 'ਚ ਕਿਉਂਕਿ ਉਹ ਨਹੀਂ ਰਹੇ ਅਤੇ ਕੋਈ ਸ਼ਾਗਿਰਦ ਨਾਲ ਨਹੀਂ ਹੈਗਾ ਪਰ ਇਹ ਹੈ ਕਿ ਉਹਨਾਂ ਨੇ ਆਪਣਾ ਕੰਮ ਕੀਤਾ ਪੂਰੇ ਦਿਲ ਨਾਲ ਖੁੱਲ੍ਹੇ ਦਿਲ ਨਾਲ ਕੀਤਾ ਕੋਈ ਗੁੰਜਾਇਸ਼ ਨਹੀਂ ਛੱਡੀ ਹੈ ਅਤੇ ਮੇਰਾ ਵੀ ਉਹੀ ਹਾਲ ਹੈ ਅਤੇ ਫੀਸ ਵੀ ਲੈਣਾ ਅਤੇ ਜਿਹਦੇ ਕੋਲ ਨਹੀਂ ਵੀ ਆਉਂਦਾ ਕੋਈ ਗੱਲ ਨਹੀਂ ਆ ਜਾਓ ਜੀ ਸਿੱਖ ਲਓ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਉਹ ਜੇ ਪੈਸੇ ਵੱਲ ਧਿਆਨ ਚਲਾ ਗਿਆ ਨਾ ਇਹ ਧਿਆਨ ਹਟ ਜਾਣਾ ਫਿਰ
ਅਤੇ ਪੈਸਾ ਜ਼ਰੂਰੀ, ਬਹੁਤ ਜ਼ਰੂਰੀ ਅੱਜ ਦੀ ਡੇਟ, ਮਹਿੰਗਾਈ ਨਹੀਂ ਹੈ, ਪਰ ਇਹ ਹੈ ਕਿ ਉਹਦੇ ਵਾਸਤੇ ਫਿਰ ਜੋਬ ਹੈਗੀ ਜਾਂ ਆਪਣੇ ਸ਼ੋਜ਼ ਕਰਦੇ ਉੱਦਾਂ ਦਾ ਥੋੜ੍ਹਾ ਬਹੁਤ ਆ ਜਾਂਦਾ, ਉਹ ਦੇਖਣਾ ਪੈਂਦਾ ਸਾਰਾ, ਪਰ ਇਹ ਹੈ ਕਿ ਕਿਸੇ ਮਜਬੂਰ ਬੰਦੇ ਨੂੰ ਜਾਂ ਜਿਹਨੂੰ ਪ੍ਰੋਬਲਮ ਹੈਗੀ ਹੈ ਉਹਦੇ ਵਾਸਤੇ ਠੀਕ ਹੈ, ਕੋਈ ਬਾਤ ਨਹੀਂ, ਉਹ ਕਿਉਂਕਿ ਹੈ ਤਾਂ ਰੱਬ ਦੀ ਦੇਣ ਅਤੇ ਰੱਬ ਦਾ ਹੀ ਕੰਮ ਕਰ ਰਹੇ ਹਾਂ ਅਸੀਂ, ਅਤੇ ਉਹਦੇ ਪਿੱਛੇ ਵੀ ਹੁਣ ਅਸੀਂ ਪੈਸੇ ਦੇ ਪਿੱਛੇ ਪੈ ਜਾਈਏ ਤਾਂ ਉਹ ਗੱਲ ਨਹੀਂ ਬਣਨੀ ਫਿਰ। ਠੀਕ ਹੈ, ਜਿਹੜੀ ਫ੍ਰੀ ਸ਼ਿਕਸ਼ਾ ਹੈ ਉਹ ਤਾਂ ਬੜੀ ਅੱਛੀ ਗੱਲ ਹੈ, ਲੇਕਿਨ ਕਈ ਵਜੋਂ ਫ੍ਰੀ ਸ਼ਿਕਸ਼ਾ ਦਾ ਕੋਈ ਇਤਨਾ ਮੁੱਲ ਨਹੀਂ ਹੁੰਦਾ, ਉਹਦੀ ਕੀਮਤ ਨਹੀਂ ਪਾਉਂਦੇ ਹੈ, ਤਾਂ ਉਹਦੇ ਥੋੜ੍ਹਾ ਜਿਹਾ ਕਿ ਇੱਕ ਉਹਨੇ ਇੱਕ ਜਿਹੜਾ ਤੁਸੀਂ ਕਹਿੰਦੇ ਕਿ ਉਹ ਅੱਜ ਕੋਈ ਯਾਦ ਨਹੀਂ ਕਰਦਾ, ਲੇਕਿਨ ਜੇ ਜਿਹੜੇ ਅੱਛੇ ਸ਼ਿਕਸ਼ਾ ਗ੍ਰਹਿਣ ਕਰਨ ਵਾਲੇ ਹੈ ਨਾ, ਉਹ ਯਾਦ ਕਰਦੇ ਹਨ, ਐਸੀ ਗੱਲ ਨਹੀਂ ਹੈ, ਉਹ ਕਿਉਂਕਿ ਲੱਖਾਂ 'ਚ ਕੋਈ ਇੱਕ ਤਾਂ ਬੰਦਾ ਹੋਏਗਾ ਜਿਹੜਾ ਨਹੀਂ ਕਰਦੇ ਯਾਦ, ਇਸ ਤਰ੍ਹਾਂ ਜਿਹੜੇ ਨਹੀਂ ਵੀ ਆਉਂਦੇ ਸ਼ਗਿਰਦ ਉਹ ਵੀ ਯਾਦ ਕਰਦੇ ਹੈ, ਬਹੁਤ ਵਧੀਆ। ਮੈਂ ਤਾਂ ਕਹਿੰਦਾ ਸਾਰੇ ਆਪਣੇ ਆਪਣੇ ਕੰਮ 'ਚ ਬਿਜ਼ੀ ਹੋਣ, ਇਹ ਜ਼ਰੂਰੀ ਹੈ, ਇਹ ਨਹੀਂ ਕਿ ਪਿੱਛੇ ਲੱਗ ਜਾਏ ਗੁਰੂ ਦੇ, ਨਹੀਂ, ਆਪਣਾ ਆਪਣਾ ਕੰਮ ਕਰੀਏ। ਪਰ ਕਦੀ ਕਦੀ ਹੁੰਦਾ ਕਿ ਇੱਕ ਗੁਰੂ ਪੂਰਨਿਮਾ ਹੁੰਦੀ ਕੁਛ, ਉਹਦੇ ਦਿਨ ਹੀ ਯਾਦ ਕਰ ਲਿਓ। ਤੁਸੀਂ ਅੱਜ ਦੇ ਜਿਹੜੇ ਸੰਗੀਤ ਦੇ ਜਿਹੜੇ ਉਭਰਦੇ ਕਲਾਕਾਰ ਨੇ ਉਹਨਾਂ ਨੂੰ ਤੁਸੀਂ ਯੰਗ ਪਲੇਅਰ ਹੋ, ਲੇਕਿਨ ਤੁਸੀਂ ਕਾਫੀ ਅੱਛਾ ਕੰਮ ਕੀਤਾ ਹੈ, ਯੰਗ ਤਬਲਾ ਮਾਸਟਰ ਦੇ ਹੋਣ ਦੇ ਬਾਵਜੂਦ ਤੁਸੀਂ ਕਾਫੀ ਅੱਗੇ ਚੱਲ ਪਏ ਹੋ, ਮੁਕਾਮ ਤੁਹਾਨੂੰ ਔਰ ਵੀ ਅੱਛੇ ਮਿਲ ਰਹੇ, ਤੁਸੀਂ ਅਚੀਵਮੈਂਟਾਂ ਕਾਫੀ ਕੀਤੀਆਂ ਨੇ, ਉਪਲਬਧੀਆਂ ਕਾਫੀ ਨੇ, ਅਸੀਂ ਦੁਆ ਕਰਦੇ ਹਾਂ ਰੱਬ ਅੱਗੇ ਤੁਸੀਂ ਹੋਰ ਵੀ ਆਪਣਾ ਨਾਮ ਬਣਾਓ। ਅੱਜ ਦੀ ਪੀੜ੍ਹੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ, ਜਿਹੜਾ ਸੰਗੀਤ ਵਿੱਚ ਅਸਲੀ ਤੌਰ 'ਤੇ ਕੀ ਕਰਨਾ ਚਾਹੀਦਾ ਅਤੇ ਕੀ ਕਰ ਰਹੇ ਨੇ? ਹਾਂ, ਇਹ ਬਹੁਤ ਵਧੀਆ ਗੱਲ ਹੈ ਜੀ। ਸਭ ਤੋਂ ਪਹਿਲਾਂ ਜੀ ਇਹੀ ਗੱਲ ਹੈ ਮੇਰੀ ਤਾਂ, ਅਤੇ ਜਿਹੜੇ ਬੱਚੇ ਸਿੱਖਦੇ ਨੇ ਉਹ ਇੱਕ ਤਾਂ ਗੁਰੂ ਸਹੀ ਲੱਭਣ, ਅਤੇ ਦੂਜੀ ਗੱਲ ਹੈ ਕੁਛ ਵੀ ਜੋ ਵੀ ਸਿੱਖ ਰਹੇ, ਗਿਟਾਰ ਤਬਲਾ, ਕਿਉਂਕਿ ਵੈਸਟਰਨ ਕਾਫੀ ਆ ਰਿਹਾ, ਗਿਟਾਰ ਦਾ ਬਹੁਤ ਸ਼ੌਕ ਹੈ ਬੱਚੇ ਨੂੰ, ਅਤੇ ਜਿਹੜਾ ਮੈਂ ਕੀਤਾ ਤੁਹਾਡੇ ਸਾਹਮਣੇ 8 ਤਬਲੇ ਦਾ, ਤਬਲਾ ਤਰੰਗ ਇਹਨੂੰ ਮੈਂ ਕਹਿੰਦਾ, ਅਤੇ ਇਹਨੂੰ ਦੇਖ ਕੇ ਬੱਚੇ ਹੁਣ ਤਬਲੇ ਵੱਲ ਬਹੁਤ ਆ ਰਹੇ ਮੇਰੇ ਕੋਲ ਸਿੱਖਣ ਵਾਸਤੇ ਵੀ। ਅਤੇ ਚਲੋ ਕੁਛ ਵੀ ਕਰਨ, ਸਭ ਤੋਂ ਪਹਿਲਾਂ ਆਪਣੇ ਮਾਂ ਪਿਓ ਨੂੰ ਯਾਦ ਰੱਖਣ, ਰੱਬ ਨੂੰ ਯਾਦ ਰੱਖਣ, ਹੋਰ ਕਿਸੇ ਕੋਲੋਂ ਡਰਨ ਦੀ ਜ਼ਰੂਰਤ ਨਹੀਂ ਹੈ, ਆਪਣਾ ਬਿੰਦਾ ਸੁੱਖੇ ਆਪਣਾ ਖੁੱਲ੍ਹੇ ਕੰਮ ਕਰਨ, ਰਿਆਜ਼ ਕਰਨ, ਹੈ ਨਾ, ਪੜ੍ਹਾਈ ਵੀ ਕਰਨ, ਸਭ ਕੁਛ ਜ਼ਰੂਰੀ ਹੈ, ਅਤੇ ਜੋ ਵੀ ਹੈ ਆਪਣਾ ਦਿਲ ਨਾਲ ਕਰਨ, ਬਸ ਹੋਰ ਕੁਛ ਨਹੀਂ ਹੈ। ਬਸ ਤੁਸੀਂ ਕਿਹਾ ਕਿ ਬੱਚਿਆਂ ਨੂੰ ਕਿਹਾ ਜਿਹੜੇ ਸਟੂਡੈਂਟ ਨੂੰ ਕਿ ਗੁਰੂ ਅੱਛੇ ਲੱਭਣ, ਜੋ ਨਿਆ ਬੱਚਾ ਇਸ ਫੀਲਡ ਮੇ ਆ ਰਿਹਾ ਤਾਂ ਉਹ ਕੈਸੇ ਪਹਿਚਾਨੇਗਾ ਕਿ ਗੁਰੂ ਕੈਸਾ ਹੈ? ਉਹ ਤੁਹਾਨੂੰ ਪਤਾ ਲੱਗ ਜਾਏਗਾ, ਕਿਉਂਕਿ ਜਿਸ ਤਰ੍ਹਾਂ ਹੁਣ ਮੇਰੇ ਕੋਲ ਕਈ ਪੇਰੈਂਟਸ ਆਉਂਦੇ ਹੈ, ਗੁਮਾਨ ਨਹੀਂ ਇਸ ਚੀਜ਼ ਦਾ, ਪਰ ਇਹ ਹੁੰਦਾ ਆਪਣਾ ਆਪਣਾ ਹੁੰਦਾ ਸਾਰਿਆਂ ਦਾ, ਅਤੇ ਕਈ ਪੇਰੈਂਟਸ ਆਉਂਦੇ ਕਿ ਸਰ ਇਹਨੇ ਹੁਣ ਤੁਹਾਡੇ ਕੋਲੋਂ ਸਿੱਖ ਲਿਆ, ਹਫ਼ਤੇ 'ਚ ਕਾਫੀ ਕੁਛ ਸਿੱਖ ਲਿਆ ਅਤੇ ਰਿਆਜ਼ ਠੀਕ ਢੰਗ ਨਾਲ ਕਰ ਰਿਹਾ, ਅਤੇ ਕਈ ਕੀ ਹੁੰਦੇ ਕਿ ਕਰਾਉਂਦੇ ਆ ਬਸ ਧਿਆਨ, ਅਤੇ ਪੈਸੇ ਵਾਂਗ ਹੀ ਹੁੰਦਾ ਕਿ ਪੈਸੇ ਆ ਰਹੇ ਕੋਈ ਗੱਲ ਨਹੀਂ ਚਲੋ ਕਰੀ ਜਾਓ, ਉਹ ਨਹੀਂ, ਉਹ ਫਿਰ ਬੱਚੇ ਦੀ ਉਹ ਨਾ ਇੰਪਰੂਵਮੈਂਟ ਨਹੀਂ ਦਿਸਦੀ, ਉੱਥੇ ਜਿੱਥੇ ਇੰਪਰੂਵਮੈਂਟ ਦਿਸਦੀ ਹੈ ਉੱਥੇ ਫਿਰ ਪਤਾ ਲੱਗ ਜਾਂਦਾ ਪੇਰੈਂਟਸ ਨੂੰ ਵੀ, ਬੱਚਿਆਂ ਨੂੰ ਵੀ, ਉਹ ਤਾਂ ਬੱਚੇ ਨੂੰ ਆ ਕੇ ਮਜ਼ਾ ਵੀ ਆਉਣ ਲੱਗਦਾ ਕਿ ਹਾਂ ਹੁਣ ਮੈਨੂੰ ਸਮਝ ਆ ਰਹੀ, ਹੁਣ ਮੈਂ ਕਰਦਾ, ਅਤੇ ਉਹ ਆਪੇ ਹੀ ਪਤਾ ਲੱਗ ਜਾਂਦਾ ਹੈ, ਅਤੇ ਸੱਚਾਈ ਹੈ ਨਾ ਉਹ ਛੁਪਦੀ ਨਹੀਂ, ਉਹ ਆ ਜਾਂਦੀ ਸਾਹਮਣੇ। ਪਰ ਸਾਹਿਬ ਜਾਣ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਇੱਕ ਕੋਈ ਬੰਦਿਸ਼ ਕੋਈ ਜਿਹੜੀ ਨਵੀਂ ਤੁਸੀਂ ਕ੍ਰੀਏਟ ਕੀਤੀ ਹੈ ਤਬਲੇ 'ਤੇ, ਬਿਲਕੁਲ, ਅਤੇ ਇਹ ਕਿਉਂਕਿ 8 ਤਬਲਿਆਂ ਦਾ ਕਮਾਲ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ, ਅਸੀਂ ਤਬਲੇ 'ਤੇ ਦੇਖਿਆ ਨੇ ਤਬਲਾ ਇੱਕ ਨਾਲ ਰੱਖਿਆ ਹੁੰਦਾ ਤਾਂ ਕਿ ਉਹਦੇ ਬਸ, ਤਾਂ ਅਮੂਮਰ ਦੋ ਹੀ ਇਸਤੇਮਾਲ ਹੁੰਦੇ ਨੇ, ਤੁਸੀਂ 8 'ਚ ਤੁਸੀਂ ਕਮਾਲ ਕਰ ਰਹੇ ਹੋ, ਧੰਨਵਾਦ। ਅਤੇ ਤੁਹਾਨੂੰ ਤੁਸੀਂ ਥੋੜ੍ਹਾ ਇੱਕ ਮੈਂ ਤੁਹਾਡੇ ਸਾਹਮਣੇ ਹੁਣ ਪੇਸ਼ ਕਰਦਾ 5 ਤਬਲੇ ਲੈ ਕੇ ਜੀ ਜੀ ਲਾਸਟ 'ਚ, ਅਤੇ ਮੈਂ ਕੋਸ਼ਿਸ਼ ਕਰਦਾ ਹੁਣ ਤੁਹਾਡੇ ਸਾਹਮਣੇ। ਦਰਸ਼ਕੋ, ਅੱਜ ਸਾਡੇ ਨਾਲ ਸੀ ਅਵੀਰਭਵ ਵਰਮਾ, ਜਿਹੜੇ ਇੱਕ ਸੰਗੀਤ ਦੀ ਫੈਮਿਲੀ 'ਚੋਂ ਨਿਕਲੇ ਨੇ ਔਰ ਕਾਫੀ ਅੱਛਾ ਕੰਮ ਕਰ ਰਹੇ ਨੇ, ਪੇਸ਼ੇ ਦੇ ਇੰਜੀਨੀਅਰ, ਸਾਊਂਡ ਇੰਜੀਨੀਅਰ ਨੇ, ਔਰ ਇਹਨਾਂ ਨੇ ਸਭ ਕੁਛ ਤਿਆਗ ਕੇ ਆਪਣਾ ਜਿਹੜਾ ਹੈ ਮਿਊਜ਼ਿਕ ਜਿਹੜਾ ਉਹੀ ਆਪਣਾ ਪੈਸ਼ਨ ਬਣਾਇਆ ਹੈ, ਖਾਸ ਕਰ ਤਬਲਿਆਂ 'ਤੇ ਇਹਨਾਂ ਦੀ ਕਾਫੀ ਮਹਾਰਤ ਹੈ, ਅੱਗੇ ਚੱਲਦੇ ਹੈ। ਵਰਮ ਸਾਹਿਬ, ਤੁਸੀਂ ਸਟੂਡੀਓ 'ਚ ਆਏ, ਤੁਸੀਂ ਸਾਡੇ ਨਾਲ ਕੁਛ ਗੱਲਾਂ ਸਾਂਝੀਆਂ ਕੀਤੀਆਂ ਹਨ, ਤੁਹਾਡਾ ਬਹੁਤ ਬਹੁਤ ਧੰਨਵਾਦ।